ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਕੀਤੇ ਗਏ ਹਾਈ ਅਲਰਟ ਦੇ ਕਾਰਨ ਨਾਭਾ ਸ਼ਹਿਰ ਵਿਖੇ ਕਈ ਘੰਟਿਆਂ ਤੋਂ ਪੈ ਰਹੀ ਬਾਰਿਸ਼ ਨੇ ਕਈ ਸਰਕਾਰੀ ਅਦਾਰੇ ਅਤੇ ਘਰਾਂ ਵਿੱਚ ਪਾਣੀ ਦੇ ਵੜ ਜਾਣ ਕਾਰਨ ਬਰਸਾਤ ਦੇ ਪਾਣੀ ਨੇ ਲੱਖਾਂ ਰੁਪਏ ਦਾ ਸਮਾਨ ਖਰਾਬ ਕਰ ਦਿੱਤਾ ਹੈ। ਜਿੱਥੇ ਨਾਭਾ ਦੇ ਰੈਸਟ ਹਾਊਸ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਨੇ ਸਾਰਾ ਸਮਾਨ ਖਰਾਬ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਪਿੰਡਾਂ ਵਿੱਚ ਵੀ ਮੀਂਹ ਦੇ ਪਾਣੀ ਨੇ ਘਰਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਇਹ ਪਾਣੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਉਂ ਆਇਆ? ਕਿਉਂਕਿ ਸ਼ਹਿਰ ਵਿੱਚ ਕਾਂਗਰਸ ਸਰਕਾਰ ਵੱਲੋਂ ਬਰਸਾਤੀ ਨਾਲਿਆਂ ਦੀ ਸਫਾਈ ਨਹੀਂ ਕਰਵਾਈ ਅਤੇ ਪਿੰਡਾਂ ਵਿੱਚ ਡਰੇਨਾਂ ਦੀ ਸਫਾਈ ਨਾ ਹੋਣ ਕਾਰਨ ਮੀਂਹ ਦੇ ਪਾਣੀ ਨੇ ਤਬਾਹੀ ਮਚਾ ਦਿੱਤੀ ਅਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਲੋਕਾਂ ਦੀ ਸਾਰ ਲੈਣ ਨਹੀਂ ਪਹੁੰਚਿਆ। ਸਰ 6-6 ਫੁੱਟ ਪਾਣੀ ਆ ਗਿਆ ਜੀ, ਤੇ ਸਾਰਾ ਰੈਸਟ ਹਾਊਸ ਭਰ ਗਿਆ ਜੀ, ਤੇ ਸਾਰੇ ਫਰਨੀਚਰ ਸੋਫੇ ਸਾਫੇ ਬੈੱਡ ਬੁੱਡ ਸਾਰਾ ਖਰਾਬ ਹੋ ਗਏ ਸਰ, ਤੇ ਮੇਰੇ ਕਮਰੇ 'ਚ ਪਾਣੀ ਵੜ ਗਿਆ ਸਰ, ਮੇਰਾ ਬਹੁਤ ਨੁਕਸਾਨ ਹੋ ਗਿਆ, ਤੇ ਮੇਰੀ ਕਣਕ ਖਰਾਬ ਹੋ ਗਈ ਸਰ, ਚਾਵਲ ਦਾਲ ਸਾਰਾ ਆਟਾ ਚਾਵਲ ਸਭ ਖਤਮ ਹੋ ਗਏ ਸਰ, ਅਤੇ ਸਰ ਦੀਵਾਰ ਟੁੱਟ ਗਈ ਸਰ, ਬਾਹਰ ਸੜਕ 'ਤੇ ਦੀਵਾਰ ਟੁੱਟ ਗਈ, ਇਸ ਕਰਕੇ ਪਾਣੀ ਅੰਦਰ ਵੜ ਗਿਆ। ਪਹਿਲੀ ਵਾਰੀ ਹੋਏ ਸਰ, ਪਹਿਲੇ ਕਦੇ ਨਹੀਂ ਹੋਏ ਸਰ। ਸਰ ਬਹੁਤ ਮਸਾਂ ਬਚਾਇਆ ਸੀ, ਪਾਣੀ ਬਹੁਤ ਉੱਪਰ ਤੱਕ ਆ ਗਿਆ ਜੀ, ਤਾਂ ਅਸੀਂ ਖਿੱਚ ਕੇ ਲਿਆਏ, ਫਿਰ ਪਰਿਵਾਰ ਵਾਲੇ ਮੇਰੇ ਸਾਹਮਣੇ ਗੁਆਂਢੀਆਂ ਨੇ ਬੁਲਾਏ, ਉੱਥੇ ਰਹੇ ਪਰਿਵਾਰ। ਇਸ ਤਰ੍ਹਾਂ ਹੈ ਜੀ, ਇਹ ਤਾਂ ਬਹੁਤ ਪੁਰਾਣੀ ਚੱਲੀ ਆ ਰਹੀ ਹੈ, ਜਿਹੜਾ ਸੀਵਰੇਜ ਵਗੈਰਾ ਅੱਛੀ ਤਰ੍ਹਾਂ ਨਹੀਂ ਪਾ ਰਹੇ, ਪੁਰਾਣਾ ਸ਼ਹਿਰ ਹੈ, ਬਹੁਤ ਨੀਵਾਂ ਸ਼ਹਿਰ ਹੈ, ਅਤੇ ਇਸ ਤੋਂ ਕਿੰਨੇ ਸਾਲ ਹੋ ਗਏ ਇਹਦੀ ਕੋਈ ਸੀਵਰੇਜ ਵਗੈਰਾ ਤਾਂ ਪਾਈ ਨਹੀਂ ਰਹੇ ਨੇ, ਅਤੇ ਜਦ ਪੈਸੇ ਆਉਂਦਾ ਪਤਾ ਨਹੀਂ ਕੀ ਕਰਦੇ ਨੇ ਕੀ ਨਹੀਂ ਕਰਦੇ, ਇਹਨੂੰ ਚੰਗੀ ਤਰ੍ਹਾਂ ਪਾਉਣਾ ਚਾਹੀਦਾ ਸੀ, ਅਤੇ ਇਹਨੂੰ ਉੱਚਾ ਕਰਨਾ ਚਾਹੀਦਾ, ਉੱਚਾ ਕਰਕੇ ਬਾਹਰ ਪਾਣੀ ਦੀ ਨਿਕਾਸੀ ਕਰਨੀ ਚਾਹੀਦੀ ਹੈ, ਅਤੇ ਮੇਨ ਇੱਕ ਰਿਕਾਰਡ ਤੋਂ ਮੀਂਹ ਪਿਆ ਜਿਹੜਾ 10 ਤੋਂ 10.5 ਘੰਟੇ ਪਿਆ, ਇਹ ਲਗਾਤਾਰ ਮੀਂਹ ਪਿਆ, ਕੋਈ ਰੁਕਣ ਦੀ ਕੋਈ ਉਹ ਸੰਭਾਵਨਾ ਬਿਲਕੁਲ ਰੁਕਿਆ ਹੀ ਨਹੀਂ ਹੈਗਾ, ਅਤੇ ਉਹਦੇ ਕਾਰਨ ਇਹ ਇੰਨਾ ਹੋਇਆ, ਇੱਕ ਤਾਂ ਕੰਧ ਟੁੱਟੀ ਆ, ਉਹਦੇ ਕਾਰਨ ਇੰਨਾ ਪਾਣੀ ਅੰਦਰ ਆਇਆ, ਅਤੇ ਜਿਹੜਾ ਹੁਣ ਪਾਣੀ ਬਚਿਆ ਹੋਇਆ ਕੰਧ ਟੁੱਟਣ ਕਰਕੇ ਇਹ ਬਾਹਰ ਨੂੰ ਕ੍ਰਾਸ ਕਰਕੇ ਨਿਕਲ ਗਿਆ, ਅਤੇ ਇੰਨਾ ਪਾਣੀ ਹਲੇ ਵੀ ਪਿਆ। ਸਾਰੇ ਸ਼ਹਿਰ ਦੇ ਮੈਨੂੰ ਦੇਖਣ ਮੇਰੇ ਦੇਖਣ 'ਚ ਐਂ ਆ ਰਿਹਾ ਕਿ ਸਾਰੇ ਸ਼ਹਿਰ ਦੇ ਹਾਲਾਤ ਹੈ, ਮੇਰੇ ਪਸ਼ੂ ਹਸਪਤਾਲ ਦੇ ਵਿੱਚ ਵੀ ਅਸੀਂ ਆਪਣਾ ਕਮਰਾ ਛੱਡ ਕੇ ਬਾਹਰ ਗਏ ਹਾਂ, ਜਿਹੜੇ ਨਵੇਂ ਸ਼ੈਡ ਕਾਰ ਦਾ ਉਹ ਪਾਰਕ ਉਹ ਬਣੀ ਹੋਈ ਹੈ, ਕਾਰ ਪਾਰਕਿੰਗ ਬਣੀ ਹੋਈ, ਸਾਰਾ ਪਰਿਵਾਰ ਉੱਥੇ ਜਾ ਕੇ ਪਏ ਹਾਂ ਸਾਰੀ ਰਾਤ, ਅਤੇ ਹਸਪਤਾਲ ਦੇ ਵਿੱਚ ਜਾ ਕੇ ਚੌਕੀਦਾਰ ਦੇ ਨਾਲ ਮੈਂ ਪਿਆ, ਇੰਨਾ ਬੁਰਾ ਹਾਲ ਹੈ। ਜੇਕਰ ਮੀਂਹ ਨਾ ਰੁਕਦਾ ਤਾਂ ਫਲੱਡ ਇਹ ਤੋਂ ਵੀ ਬਹੁਤ ਬੁਰਾ ਹਾਲ ਹੁੰਦਾ, ਬਹੁਤ ਜ਼ਿਆਦਾ ਘਟਨਾ ਇਹ ਹੁੰਦੀ ਸ਼ਹਿਰ ਦੇ ਵਿੱਚ। ਇਹ ਤਾਂ ਰਾਤ ਸ਼ੁਕਰ ਹੈ ਕਿ ਪਾਵਰ ਕੱਟ ਲੱਗਿਆ ਹੋਇਆ ਸੀ, ਨਹੀਂ ਸੋਚਾਂ ਨੂੰ ਪਾਣੀ ਦੀ ਛੱਲਾਂ ਲੱਗ ਰਹੀਆਂ ਸੀਗੀਆਂ, ਕੁਛ ਵੀ ਘਟਨਾ ਵਾਪਰ ਸਕਦੀ ਸੀ, ਉਰੇ ਬਜ਼ੁਰਗ ਸੁੱਤੇ ਪਏ ਸੀ, ਕੁਛ ਵੀ ਵਾਪਰ ਸਕਦਾ ਸੀਗਾ, ਇਹ ਡਰੇਨ ਦੀ ਸਫਾਈ ਹੋਵੇ ਕੁਛ ਸਾਡੇ ਨੁਕਸਾਨ ਦੀ ਭਰਪਾਈ ਹੋ ਸਕੇ। ਇਹ ਜੀ ਪਾਣੀ ਅਸਲ ਦਾ ਪ੍ਰੋਬਲਮ ਸਾਰੀ ਵੱਡੀਆਂ ਦੇ ਵੀ ਡਰੇਨ ਦੀ ਆ, ਇਹ ਡਰੇਨ ਦੀ ਸਾਡੀ ਸਫਾਈ ਟੋਭੇ ਦੀ ਸਫਾਈ ਨਹੀਂ, ਡਰੇਨ ਕਰਕੇ ਪਾਣੀ ਰੁਕਿਆ ਪਿਆ, ਪੁਲ ਦੇ ਥੱਲੇ ਪੂਰਾ ਹੋ ਲੱਗਿਆ ਪਿਆ, ਇਹਨੂੰ ਕੱਢੀ ਜਾਂਦੇ ਆ ਮੋਟਰ ਨਾਲ ਪਾਣੀ, ਫਿਰ ਪਾਣੀ ਉੱਧਰੋਂ ਆਈ ਜਾਂਦਾ, ਇਹਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ, ਕੋਈ ਨਹੀਂ ਆਇਆ, ਹੁਣ ਇਕੱਲਾ ਇੱਕ ਪਟਵਾਰੀ ਸਾਹਿਬ ਭੇਜਿਆ ਉਹਨਾਂ ਨੇ, ਹੋਰ ਕੋਈ ਮਹਿਕਮੇ ਦਾ ਬੰਦਾ, ਇਹ ਤਾਂ ਅਸੀਂ ਆਪਦੇ ਲੈਵਲ 'ਤੇ ਕਰਾ ਰਹੇ ਹਾਂ, ਕਿਵੇਂ ਦਾ ਕੋਈ ਦਿੱਕਤ ਨਹੀਂ ਆਇਆ।